ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰਜੀਤੇ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਜਰਨਲ ਸਾਇੰਸ ਦੇ ਇੰਪੋਰਟਡ MCQ ਦਾ ਕੁਇਜ਼ ਦਾ ਪਾਰਟ 3 ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਦੋ ਕੁਇਜ਼ ਦੇ ਪਾਰਟ ਅਪਲੋਡ ਨੇ ਜੇਕਰ ਤੁਸੀਂ ਉਹ ਨਹੀਂ ਵੇਖੇ ਤਾਂ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸੇ ਤੁਹਾਨੂੰ ਉਸ ਦਾ ਲਿੰਕ ਮਿਲ ਜੇਗਾ ਉੱਥੋਂ ਜਾ ਕੇ ਤੁਸੀਂ ਉਹ ਵੀਡੀਓ ਜ਼ਰੂਰ ਵੇਖ ਲੈਣਾ ਹਾਂਜੀ ਇਸ ਤੋਂ ਇਲਾਵਾ ਸਾਡੇ ਚੈਨਲ ਦੀ ਪਲੇਲਿਸਟ ਵਿੱਚ ਪੰਜਾਬ ਵਾਰਡ اٹੈਂਡੈਂਟ ਦੀ ਤਿਆਰੀ ਕਰ ਰਹੀ ਵਿਦਿਆਰਥੀਆਂ ਦੇ ਲਈ ਮੈਥ ਜਰਨਲ ਸਾਇੰਸ ਅਤੇ ਜੀਕੇ ਦੀਆਂ ਵੀਡੀਓ ਅਪਲੋਡ ਨੇ ਉਹ ਵੀ ਤੁਸੀਂ ਪਲੇਲਿਸਟ ਸੇ ਜਾ ਕੇ ਵੇਖ ਸਕਦੇ ਹੋ ਜੇਕਰ ਤੁਸੀਂ ਸਾਡੇ ਟੈਲੀਗ੍ਰam ਚੈਨਲ ਨਾਲ ਜੁੜਨਾ ਚਾਹੁੰਦੇ ਹੋ ਤਾਂ ਉਸ ਦਾ ਲਿੰਕ ਤੁਹਾਨੂੰ ਅੱਜ ਦੀ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸੇ ਮਿਲ ਜੇਗਾ ਹਾਂਜੀ ਅੱਜ ਦੀ ਵੀਡੀਓ ਚ ਆਪਾਂ ਜਿੰਨੇ ਵੀ ਕੁਐਸਚਨ ਕਰਾਂਗੇ ਉਹ ਤੁਸੀਂ ਆਪਣੀ ਇਮਾਨਦਾਰੀ ਨਾਲ ਸੋਲਵ ਕਰਨੇ ਹੈ ਤੇ ਵੀਡੀਓ ਦੇ ਐਂਡ ਵਿੱਚ ਤੁਸੀਂ ਆਪਣਾ ਸਕੋਰ ਜਿਹੜਾ ਜ਼ਰੂਰ ਸਾਨੂੰ ਦੱਸਣਾ ਹੈ ਜੀ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰਿਓ ਜੀ ਕਿਉਂਕਿ ਇਹ ਕੁਐਸ਼ਨ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਹੈਲਪਫਲ ਹੋਣਗੇ। ਹਾਂਜੀ ਸਟਾਰਟ ਕਰਦੇ ਹਾਂ ਜੀ ਅੱਜ ਦੀ ਕੁਇਜ਼ ਨੂੰ। ਹਾਂਜੀ ਸਟਾਰਟ ਕਰਦੇ ਹਾਂ ਅੱਜ ਦੀ ਕੁਇਜ਼ ਨੂੰ। ਫਰਸਟ ਕੁਐਸ਼ਨ ਆਪਣੇ ਕੋਲ ਦਿੱਤਾ ਹੋਇਆ ਹੈ। ਹੇਠ ਲਿਖਿਆਂ ਵਿੱਚੋਂ ਕਿਹੜਾ ਵੱਖਰੇ ਸਮੂਹ ਨਾਲ ਸੰਬੰਧਿਤ ਹੈਗਾ? ਹਾਂਜੀ ਆਪਾਂ ਇਹਨਾਂ ਵਿੱਚੋਂ ਵੱਖਰਾ ਦੱਸਣਾ ਹੈ। ਚਾਰ ਆਪਸ਼ਨ ਨੇ ਸਾਡੇ ਕੋਲ। ਜੇਕਰ ਤੁਸੀਂ ਇਸ ਕੁਐਸ਼ਨ ਦਾ ਆਪਸ਼ਨ ਨੰਬਰ ਡੀ ਚੁਣਿਆ ਜੀ ਰੇਬੀਜ਼ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸ਼ਨ ਵੱਲ ਚੱਲਦੇ ਹਾਂ ਜੀ। ਰਾਤ ਦੇ ਅੰਨੇਪਣ ਦਾ ਸਬੰਧ ਹੇਠ ਲਿਖਿਆਂ ਵਿੱਚੋਂ ਕਿਸ ਨਾਲ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਵਿਟਾਮਿਨ ਏ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਵਿਟਾਮਿਨ ਸੀ ਦੀ ਕਾਟਕਾਰਨ ਹੁੰਦਾ ਹੈ ਹਾਂਜੀ ਆਪਾਂ ਦੱਸਣਾ ਹੈ ਕਿ ਵਿਟਾਮਿਨ ਸੀ ਦੀ ਕਾਟਕਾਰਨ ਕਿਹੜਾ ਰੋਗ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਸ਼ੱਕਰਵੀ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਵੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਨੈਕਸਟ ਕੁਐਸਚਨ ਆਪਣਾ ਦਿੱਤਾ ਹੋਇਆ ਜੀ ਆਇਓਡੀਨ ਦੀ ਕਾਟਕਾਰਨ ਹੁੰਦਾ ਹੈ ਹਾਂਜੀ ਆਪਾਂ ਦੱਸਣਾ ਹੈ ਕਿ ਆਇਓਡੀਨ ਦੀ ਕਾਟਕਾਰਨ ਕਿਹੜਾ ਰੋਗ ਜਿਹੜਾ ਹੋ ਜਾਂਦਾ ਹੈ ਜੇਕਰ ਤੁਸੀਂ ਇਸ ਕੁਐਸਚਨ ਦਾ অপਸ਼ਨ ਨੰਬਰ ਸੀ ਚੁਣਿਆ ਜੀ ਗੋਇਟਰ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਆਪਣੇ ਕੋਲ ਹੈਗਾ ਪ੍ਰਕਾਸ਼ ਸੈਂਸਲੇਸ਼ਨ ਪ੍ਰਕਿਰਿਆ ਵਿੱਚ ਸ਼ਾਮਿਲ ਗੈਸ ਹੈ ਹਾਂਜੀ ਆਪਾਂ ਗੈਸ ਦੱਸਣੀ ਹੈ ਕਿ ਪ੍ਰਕਾਸ਼ ਸੰਸ਼ਲੇਸ਼ਣ ਪ੍ਰਕਿਰਿਆ ਵਿੱਚ ਸ਼ਾਮਿਲ ਗੈਸ ਕਿਹੜੀ ਹੁੰਦੀ ਹੈ ਚੇਕ ਕਰ ਤੁਸੀਂ ਇਸ ਕੁਸ਼ਣ ਦਾ ਆਪਸ਼ਨ ਨੰਬਰ ਡੀ ਚੁਣਿਆ ਕਾਰਬਨ ਡਾਈਆਕਸਾਈਡ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਤੁਸੀਂ ਕੁਸ਼ਣ ਆਪਣੀ ਇਮਾਨਦਾਰੀ ਨਾਲ ਸੋਲਵ ਕਰਨੇ ਹੈ ਤੇ ਜਿੰਨੇ ਵੀ ਤੁਹਾਡੇ ਨੰਬਰ ਬਣਦੇ ਆ ਉਹ ਵੀਡੀਓ ਦੇ ਐਂਡ ਵਿੱਚ ਕਮੈਂਟ ਬਾਕਸ ਵਿੱਚ ਜਰੂਰ ਦੱਸਨੇ ਨੈਕਸਟ ਕੁਸ਼ਣ ਵੱਲ ਚੱਲਦੇ ਆ ਜੀ ਨੈਕਸਟ ਕੁਸ਼ਣ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਗਾਜਰ ਮੁੱਲੀ ਚਕੁੰਦਰ ਆਲੂ ਡੇਸ਼ ਦੇ ਰੂਪਾਂਤਰਣ ਹਨ ਹਾਂਜੀ ਆਪਾਂ ਦੱਸਣਾ ਹੈ ਕਿ ਗਾਜਰ ਮੁੱਲੀ ਚਕੁੰਦਰ ਆਲੂ ਕਿਸ ਦੇ ਰੂਪਾਂਤਰਣ ਹਨ ਚਾਰ ਆਪਸ਼ਨ ਸਾਡੇ ਕੋਲ ਨੇ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਜੀ ਜੜਾਂ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਗਾਜਰ ਮੁੱਲੀ ਚਕੁੰਦਰ ਆਲੂ ਜੜਾਂ ਦੇ ਰੂਪਾਂਤਰਣ ਹਨ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਪ੍ਰੋਟੀਨ ਦੀ ਕਾਟਕਾਰਨ ਹੋਣ ਵਾਲਾ ਰੋਗ ਹਾਂਜੀ ਆਪਾਂ ਦੱਸਣਾ ਹੈ ਪ੍ਰੋਟੀਨ ਦੀ ਕਾਟਕਾਰਨ ਕਿਹੜਾ ਰੋਗ ਹੋ ਜਾਂਦਾ ਹੈ ਸਾਡੇ ਕੋਲ ਚਾਰ ਆਪਸ਼ਨ ਦਿੱਤੇ ਹੋਏ ਨੇ ਜੀ ਜੇਕਰ ਤੁਸੀਂ ਇਸ ਕੁਸ਼ਣ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਕਵਾਸ਼ੀਓਕਰ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਜੀ ਹਾਂਜੀ ਪ੍ਰੋਟੀਨ ਦੀ ਕਾਰਨ ਕਿਹੜਾ ਰੋਗ ਹੋ ਜਾਂਦਾ ਜੀ ਕਵਾਸ਼ੀਓਕਰ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਨੈਕਸਟ ਕੁਸ਼ਣ ਵੀ ਵੈਰੀ ਵੈਰੀ ਇੰਪੋਰਟੈਂਟ ਹੈ ਪਲੇਗ ਹੈ ਆਪਾਂ ਦੱਸਣਾ ਹੈ ਜੀ ਪਲੇਗ ਕੀ ਹੈਗਾ ਚਾਰ ਆਪਸ਼ਨ ਸਾਡੇ ਕੋਲ ਦਿੱਤੇ ਹੋਏ ਨੇ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਜੀਵਾਣੂ ਸੰਬੰਧੀ ਰੋਗ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਪਲੇਗ ਹੈ ਜਿਹੜਾ ਜੀਵਾਣੂ ਸੰਬੰਧੀ ਰੋਗ ਹੈਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਚਮੜੀ ਪਸੀਨੇ ਰਾਹੀਂ ਅਤੇ ਖੂਨ ਦੀਆਂ ਨਾੜੀਆਂ ਨੂੰ ਖੋਲ ਕੇ ਹੇਟ ਲਿਕਿਆਂ ਵਿੱਚੋਂ ਕਿਸ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦੀ ਹੈ ਹਾਂਜੀ ਇਹ ਕੁਐਸਚਨ ਵੀ ਤੁਹਾਡੇ ਐਗਜ਼ਾਮ ਦੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਸਾਡੇ ਕੋਲ ਦਿੱਤੇ ਹੋਏ ਨੇ ਹਾਂਜੀ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਸ਼ਣ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਟੈਂਪਰੇਚਰ ਯਾਨੀ ਕਿ ਤਾਪਮਾਨ ਤਤਵਾਡਾਂਸਰ ਜ ਬਿਲਕੁਲ ਕਰੈਕਟ ਹੋ ਜਾਵੇਗਾ ਫਿਰ ਤੋਂ ਰਿਪੀਟ ਕਰ ਦਿੰਦੇ ਹਾਂ ਜੀ ਕੁਸ਼ਣ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਮੜੀ ਪਸੀਨੇ ਰਾਹੀਂ ਅਤੇ ਖੂਨ ਦੀਆਂ ਨਾੜੀਆਂ ਨੂੰ ਖੋਲ ਕੇ ਹੀਟ ਲੀਖਿਆ ਵਿੱਚੋਂ ਕਿਸ ਨੂੰ ਸਥਿਰ ਰੱਖਣ ਵਿੱਚ ਸਹਾਇਤਾ ਕਰਦੀ ਹੈ ਤਾਂ ਉਹ ਕਰਦੀ ਹੈ ਜੀ ਸਾਡੇ ਸਰੀਰ ਦੇ ਟੈਂਪਰੇਚਰ ਨੂੰ ਸਥਿਰ ਰੱਖਣ ਵਿੱਚ ਨੈਕਸਟ ਕੁਸ਼ਣ ਵੱਲ ਚੱਲਦੇ ਹਾਂ ਜੀ ਇੰਨਾ ਵਿੱਚੋਂ ਕਿਹੜਾ ਗ੍ਰੇ ਨਹੀਂ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਨੇ ਸਾਡੇ ਕੋਲ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਜੀ ਸੂਰਜ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਕਿਉਂਕਿ ਸੂਰਜ ਇਹ ਜਿਹੜਾ ਇੱਕ ਸਟਾਰ ਹੈਗਾ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਕਿਹੜੇ ਗ੍ਰੇ ਨੂੰ ਸਵੇਰ ਦਾ ਤਾਰਾ ਤੇ ਸ਼ਾਮ ਦਾ ਤਾਰਾ ਕਿਹਾ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਦਿੱਤੇ ਹੋਏ ਨੇ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ A ਚੁਣਿਆ ਹੈ ਸ਼ੁਕਰ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੈਕਸਟ ਕੁਐਸਚਨ ਦਿੱਤਾ ਹੈ ਜੀ ਪਰਸਤਿਤਿਕ ਮੰਡਲ ਦਾ ਸਭ ਤੋਂ ਉੱਪਰਲਾ ਪੱਧਰ ਜੀ ਇਹ ਕੁਐਸਚਨ ਵੀ ਇੰਪੋਰਟੈਂਟ ਹੈਗਾ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ B ਚੁਣਿਆ ਬਾਇਓਸਫੀਅਰ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਜੀ ਨੈਕਸਟ ਕੁਐਸ਼ਨ ਆਪਣੇ ਕੋਲ ਹੈਗਾ ਹੈ ਹੇਠ ਲਿਖਿਆਂ ਚੋਂ ਕਿਹੜਾ ਪੌਦਾ ਬਿਨਾ ਬੀਜ ਦੇ ਵੀ ਉੱਗ ਸਕਦਾ ਹੈ ਹਾਂਜੀ ਇਹ ਕੁਐਸ਼ਨ ਵੀ ਇੰਪੋਰਟੈਂਟ ਦਿੱਤਾ ਹੋਇਆ ਹੈ ਜੇਕਰ ਤੁਸੀਂ ਇਸ ਕੁਐਸ਼ਨ ਦਾ ਆਪਸ਼ਨ ਨੰਬਰ ਸੀ ਚੁਣਿਆ ਜੀ ਕੁਆਰ ਗੰਦਲ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਚੱਲਦੇ ਹਾਂ ਜੀ ਨੈਕਸਟ ਕੁਐਸ਼ਨ ਵਨ ਭਾਰਤ ਵਿੱਚ ਤਾਜੇ ਪਾਣੀ ਦੀ ਸਭ ਤੋਂ ਵੱਡੀ ਛੀਲ ਕਿਹੜੀ ਹੈ ਜੀ ਹਾਂਜੀ ਵੈਰੀ ਈਜ਼ੀ ਕੁਐਸ਼ਨ ਹੈਗਾ ਸਾਰਿਆਂ ਨੂੰ ਪਤਾ ਹੋਵੇਗਾ ਇਸ ਕੁਐਸਚਨ ਦਾ ਜਿਹੜਾ ਕਰੈਕਟ ਆਨਸਰ ਹੋਵੇਗਾ অপਸ਼ਨ ਨੰਬਰ 1 ਵੁੱਲਰ ਚੀਲ ਹਾਂਜੀ ਵੁੱਲਰ ਚੀਲ ਹੈਗੇ ਜਿਹੜੀ ਭਾਰਤ ਵਿੱਚ ਤਾਜੇ ਪਾਣੀ ਦੀ ਸਭ ਤੋਂ ਵੱਡੀ ਚੀਲ ਹੈਗੀ ਹੈ ਹਾਂਜੀ ਨੈਕਸਟ ਕੁਐਸਚਨ ਹੈਗਾ ਰਾਤੀ ਗੱਡੀ ਚਲਾਉਣ ਲਈ ਗੱਡੀ ਦਾ ਸਭ ਤੋਂ ਅਨੁਕੂਲ ਰੰਗ ਕਿਹੜਾ ਹੈਗਾ ਹਾਂਜੀ ਇਹ ਕੁਐਸਚਨ ਵੀ ਤੁਹਾਡੇ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਹੈਗਾ ਇਸ ਕੁਐਸਚਨ ਦਾ অপਸ਼ਨ ਨੰਬਰ 1 ਹੈ ਜਿਹੜਾ ਕਰੈਕਟ ਹੋ ਜਾਵੇਗਾ ਸਫੇਦ ਹਾਂਜੀ ਰਾਤੀ ਗੱਡੀ ਚਲਾਉਣ ਲਈ ਗੱਡੀ ਦਾ ਸਭ ਤੋਂ ਅਨਕੂਲ ਰੰਗ ਕਿਹੜਾ ਹੈਗਾ ਜੀ ਸਫੇਦ ਨੈਕਸਟ ਕੁਐਸਚਨ ਵੱਲ ਚੱਲਦੇ ਆ ਪਲਾਸਟਿਕ ਦੇ ਲਿਫਾਫੇ ਆਸਾਨੇ ਨਾਲ ਗਲਦੇ ਨਹੀਂ ਕਿਉਂਕਿ ਉਹ ਚਾਰ ਆਪਸ਼ਨ ਨੇ ਆਪਣੇ ਕੋਲ ਆਪਾਂ ਦੱਸਣਾ ਹੈ ਕਿ ਪਲਾਸਟਿਕ ਦੇ ਲਿਫਾਫੇ ਆਸਾਨੇ ਨਾਲ ਕਿਉਂ ਨਹੀਂ ਗਲਦੇ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ ਬੀ ਚੁਣਿਆ ਜੀ ਵਿਗਟਿਤ ਹੋਣ ਵਾਲੇ ਨਹੀਂ ਹੁੰਦੇ ਕਿਉਂਕਿ ਉਹ ਜੀ ਵਿਗਟਿਤ ਹੋਣ ਵਾਲੇ ਨਹੀਂ ਹੁੰਦੇ ਇਸ ਲਈ ਉਹ ਆਸਾਨੇ ਨਾਲ ਨਹੀਂ ਗਲਦੇ ਇਸ ਕੁਐਸਚਨ ਦਾ ਆਪਸ਼ਨ ਨੰਬਰ B ਹੈ ਜਿਹੜਾ ਆਪਣਾ ਕਰੈਕਟ ਹੋ ਜਾਵੇਗਾ। ਨੈਕਸਟ ਕੁਐਸਚਨ ਦਿੱਤਾ ਹੋਇਆ ਜੀ। ਹਾਂਜੀ ਆਪਣੇ ਕੋਲ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ। ਰਤੋਦੀ ਦਾ ਲੱਛਣ ਕਿਹੜਾ ਹੈ? ਹਾਂਜੀ ਚਾਰ ਆਪਸ਼ਨ ਦਿੱਤੇ ਹੋਏ ਨੇ। ਹਾਂਜੀ ਇਸ ਕੁਐਸਚਨ ਦਾ ਆਨਸਰ ਹੈ ਜਿਹੜਾ ਤੁਸੀਂ ਕਮੈਂਟ ਬਾਕਸ 'ਚ ਦੱਸਣਾ ਹੈ ਕਿ ਰਤੋਦੀ ਦਾ ਲੱਛਣ ਕਿਹੜਾ ਹੁੰਦਾ ਹੈ? ਚਾਰ ਆਪਸ਼ਨ ਮਤੋਂ ਅੰਦਾਜ਼ੇ ਨਾਲ ਫਸਟ ਦਿੱਤਾ ਜੀ ਰੋਸ਼ਨੀ ਦੇ ਅਲੇ ਦੁਆਲੇ ਕੇਰਾ ਬਣਦਾ ਦਿਖਣਾ, ਸੈਕੰਡ ਆਪਸ਼ਨ ਹੈਗਾ ਜੀ ਰੰਗਾਂ ਦਾ ਫਿੱਕਾ ਦਿਖਣਾ। ਥਰਡ অপਸ਼ਨ ਹੈਗਾ ਦੂਰੀ ਦ੍ਰਿਸ਼ਟੀ ਤੇ ਫੋਰਥ ਦਿੱਤਾ ਹੈ ਉਪਰੋਕਤ ਸਾਰੇ ਹੀ ਹਾਂਜੀ ਇਸ ਕੁਐਸਚਨ ਦਾ ਆਨਸਰ ਹੈ ਤੁਸੀਂ ਕਮੈਂਟ ਬਾਕਸੇ ਕਰਨਾ ਹੈ ਜੀ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜਦੋਂ ਅਸੀਂ ਭੂਮਧ ਰੇਖਾ ਤੋਂ ਤਰੂਵ ਵੱਲ ਜਾਂਦੇ ਹਾਂ ਤਾਂ ਤਾਪਮਾਨ ਵਿੱਚ ਫਰਕ ਜ਼ਿਆਦਾ ਹੁੰਦਾ ਹੈ ਜੇ ਆਪਾਂ ਦੱਸਣਾ ਹੈ ਕਿ ਤਾਪਮਾਨ ਵਿੱਚ ਫਰਕ ਜ਼ਿਆਦਾ ਕਦੋਂ ਹੁੰਦਾ ਹੈ ਚਾਰ ਆਪਸ਼ਨ ਸਾਡੇ ਕੋਲ ਦਿੱਤੇ ਹੋਏ ਨੇ ਜੇਕਰ ਤੁਸੀਂ ਇਸ ਕੁਐਸਚਨ ਦਾ অপਸ਼ਨ ਨੰਬਰ ਬੀ ਚੁਣਿਆ ਜੀ ਗਰਮੀ ਵਿੱਚ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਨੀਲੀ ਕ੍ਰਾਂਤੀ ਸੰਬੰਧਿਤ ਹੈ ਚਾਰ ਆਪਸ਼ਨ ਦਿੱਤੇ ਹੋਏ ਨੇ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਜੀ ਹਾਂਜੀ ਜੇਕਰ ਤੁਸੀਂ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਚੁਣਿਆ ਜੀ ਮੱਛੀ ਉਤਪਾਦਨ ਨਾਲ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ ਕਰੈਕਟ ਹੋ ਜਾਵੇਗਾ ਹਾਂਜੀ ਨੀਲੀ ਕ੍ਰਾਂਤੀ ਕਿਸ ਦੇ ਨਾਲ ਸਮਝਦੇ ਦੇਗੇ ਮੱਛੀ ਉਤਪਾਦਨ ਨਾਲ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਦਿੱਤਾ ਹੋਇਆ ਹੈ ਹਵਾ ਦਾ ਦਬਾਅ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ ਹਾਂਜੀ ਇਹ ਕੁਐਸਚਨ ਵੀ ਵੈਰੀ ਵੈਰੀ ਇੰਪੋਰਟੈਂਟ ਹੈਗਾ ਚਾਰ অপਸ਼ਨ ਦਿੱਤੇ ਹੋਏ ਨੇ ਜੇਕਰ ਤੁਸੀਂ ਇਸ ਕੁਐਸਚਨ ਦਾ অপਸ਼ਨ ਨੰਬਰ ਸੀ ਚੁਣਿਆ ਜੀ ਬੈਰੋਮੀਟਰ ਤਾਂ ਤੁਹਾਡਾ ਆਨਸਰ ਹੈ ਜਿਹੜਾ ਬਿਲਕੁਲ கரੈਕਟ ਹੋ ਜਾਵੇਗਾ ਹਾਂਜੀ ਅੱਜ ਦੀ ਵੀਡੀਓ ਇੱਥੇ ਸਮਾਪਤ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਹਾਂਜੀ ਵੀਡੀਓ ਨੂੰ ਆਪਣੇ ਦੋਸਤਾਂ ਦੇ ਨਾਲ WhatsApp Facebook Instagram ਇਹਨਾਂ ਥਾਵਾਂ ਤੇ ਤੁਸੀਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਪਹਿਲੀ ਵਾਰ ਸਾਡੀ ਵੀਡੀਓ ਵੇਖ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰਨਾ ਜਿਸ ਦੇ ਨਾਲ ਤੁਹਾਨੂੰ ਸਾਡੀ ਹਰੇਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਨਾਲ ਮਿਲਦੀ ਰਹੇਗੀ ਹਾਂਜੀ ਮਿਲਦੇ ਹਾਂ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ